ਪੰਜਾਬ ਸਰਕਾਰ ਵੱਲੋਂ ਹਲਕਾ ਉੱਤਰੀ ਤੋਂ ਸਾਬਕਾ ਕੌਂਸਲਰ ਨਰਿੰਦਰ ਤੁੰਗ ਨੂੰ ਇੰਪਰੂਵਮੈਂਟ ਟਰੱਸਟ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ, ਜਿਸ ਕਾਰਨ ਕਈ ਸ਼ਖਸੀਅਤਾਂ ਵੱਲੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਜਾਣਕਾਰੀ ਦਿੰਦਿਆਂ ਉਹਨਾਂ ਨੇ ਕਿਹਾ ਕਿ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੇ ਕੰਮ ਜਲਦੀ ਮੁਕੰਮਲ ਕੀਤੇ ਜਾਣਗੇ। ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਆਪਣੇ ਸਤਿਕਾਰਯੋਗ MLA ਸ੍ਰੀ ਸੁਨੀਲ ਦੱਤੀ ਜੀ ਦਾ, ਜਿਨ੍ਹਾਂ ਨੇ ਮੇਰੇ ਵਿੱਚ ਬਹੁਤ ਵੱਡਾ ਵਿਸ਼ਵਾਸ ਪ੍ਰਗਟ ਕੀਤਾ ਹੈ ਔਰ ਮੈਨੂੰ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਮੈਂਬਰ ਬਣਾਇਆ, ਔਰ ਮੈਂ ਬਹੁਤ ਧੰਨਵਾਦ ਕਰਦਾ ਹਾਂ ਆਪਣੇ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ ਔਰ ਆਪਣੇ ਸੂਬੇ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਜੀ ਦਾ, ਜਿਨ੍ਹਾਂ ਨੇ ਇਹ ਮਾਨ ਬਖਸ਼ਿਆ ਹੈ, ਜਿਨ੍ਹਾਂ ਨੇ ਇਹ ਜ਼ਿੰਮੇਵਾਰੀ ਦਿੱਤੀ ਹੈ, ਉਸ ਲਈ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਅੰਮ੍ਰਿਤਸਰ ਸ਼ਹਿਰ ਦੀ ਜਿਹੜੀ ਡਿਵੈਲਪਮੈਂਟ ਹੈ ਉਹ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਕਰ ਰਿਹਾ ਹੈ, ਔਰ ਖਾਸ ਕਰਕੇ ਸਾਡਾ ਹਲਕਾ ਨੌਰਥ ਹੈ, ਉਸਦੀ ਡਿਵੈਲਪਮੈਂਟ ਜਿਹੜੀ ਆ ਉਹ ਇੰਪਰੂਵਮੈਂਟ ਟਰੱਸਟ ਵੱਲੋਂ ਹੋ ਰਹੀ ਹੈ। ਗਲੀਆਂ ਬਣ ਰਹੀਆਂ ਨੇ, ਸੀਵਰੇਜ ਪੈ ਰਿਹਾ, ਧਾਰਮਿਕ ਸਥਾਨਾਂ ਦੇ ਉੱਤੇ ਪੈਸੇ ਲੱਗ ਰਹੇ ਆ। ਸੋ ਮੇਰੀ ਜ਼ਿਆਦਾ ਪ੍ਰਾਇਓਰਟੀ ਰਹੇਗੀ ਕਿ ਅਸੀਂ ਹਲਕਾ ਨੌਰ ਦੇ ਜਿੰਨੇ ਵੀ ਕੰਮ ਹੈ ਉਹਨਾਂ ਨੂੰ ਬਹੁਤ ਤੇਜ਼ੀ ਨਾਲ ਕਰਵਾਈਏ, ਤਾਂ ਕਿ ਆਉਣ ਵਾਲੀ ਇਲੈਕਸ਼ਨ ਤੋਂ ਪਹਿਲਾਂ ਜਿੰਨੇ ਵੀ ਸਾਡੇ ਬਜਟ ਹੈ, ਕਰੋੜਾਂ ਰੁਪਈਆਂ ਦਾ ਸਾਡਾ ਬਜਟ MLA ਸਾਹਿਬ ਨੇ ਇੰਪਰੂਵਮੈਂਟ ਟਰੱਸਟ ਨੂੰ ਦਿੱਤਾ ਹੈ, ਔਰ ਸਾਡੀ ਕੋਸ਼ਿਸ਼ ਹੈ ਕਿ ਅਸੀਂ ਉਸ ਹਰ ਜਗ੍ਹਾ ਉਸ ਜਗ੍ਹਾ 'ਤੇ ਪਹੁੰਚ ਸਕੀਏ ਜਿੱਥੇ ਮਾਨਯੋਗ MLA ਸਾਹਿਬ ਨੇ ਡਿਵੈਲਪਮੈਂਟ ਲਈ ਲੋਕਾਂ ਨੂੰ ਆਖਿਆ, ਧਾਰਮਿਕ ਸਥਾਨਾਂ ਲਈ ਲੋਕਾਂ ਨੂੰ ਆਖਿਆ। ਸੋ ਮੇਰੀ ਜ਼ਿਆਦਾ ਪ੍ਰਾਇਓਰਟੀ ਹਲਕਾ ਨੌਰ ਦੀ ਰਹੇਗੀ, ਔਰ ਜਿਸ ਦਿਨ ਅਸੀਂ ਇੰਪਰੂਵਮੈਂਟ ਟਰੱਸਟ ਦੇ ਵਿੱਚ ਬੈਠਾਂਗੇ ਜਾ ਕੇ, ਸਤਿਕਾਰਯੋਗ MLA ਸਾਹਿਬ ਸਾਡੇ ਨਾਲ ਜਾਣਗੇ, ਔਰ ਉਸ ਤੋਂ ਬਾਅਦ ਜਦੋਂ ਪਹਿਲੀ ਹਾਊਸ ਦੀ ਮੀਟਿੰਗ ਹੋਣੀ ਹੈ ਤਾਂ ਉਸ ਦੇ ਵਿੱਚ ਇਹ ਵਿਚਾਰਿਆ ਜਾਵੇਗਾ, ਸਾਰਾ ਕੁਝ ਦੇਖਿਆ ਜਾਵੇਗਾ ਕਿ ਕਿਵੇਂ ਕਿਵੇਂ ਇੰਪਰੂਵਮੈਂਟ ਟਰੱਸਟ ਦੀ ਜਿਹੜੀ ਹੈ ਗਤੀਵਿਧੀ ਹੈ ਉਸ ਦੇ ਵਿੱਚ ਅਸੀਂ ਨਾਲੋਂ ਨਾਲ ਭਾਗ ਲੈਂਦੇ ਰਹਾਂਗੇ। ਸ਼ਹਿਰ ਦੀ ਜਿਹੜੀ ਕੋਈ ਡਿਵੈਲਪਮੈਂਟ ਦੀ ਹੈ ਗੱਲ ਚੱਲਦੀ ਹੈ, ਕੋਈ ਨਵੀਂ ਬਿਊਟੀਫਿਕੇਸ਼ਨ ਦੀ ਗੱਲ ਚੱਲਦੀ ਹੈ, ਜੋ ਵੀ ਕੁਛ ਹੋਏਗਾ ਅਸੀਂ ਸ਼੍ਰੀ ਦਿਨੇਸ਼ ਬਸ਼ਰੀ ਜਿਹੜੇ ਸਾਡੇ ਚੇਅਰਮੈਨ ਨੇ ਉਹਨਾਂ ਨਾਲ ਇੱਕ ਟੀਮ ਬਣ ਕੇ, ਜਿੰਨੇ ਵੀ ਟਰੱਸਟੀ ਨੇ ਅਸੀਂ ਇੱਕ ਟੀਮ ਬਣ ਕੇ ਸ਼ਹਿਰ ਦੀ ਜਿਹੜੀ ਅੰਮ੍ਰਿਤਸਰ ਸ਼ਹਿਰ ਦੀ ਡਿਵੈਲਪਮੈਂਟ ਹੈ ਉਸਨੂੰ ਅਸੀਂ ਤਗੜਿਆ ਹੋ ਕੇ ਕਰਾਵਾਂਗੇ।